ਪਾਕਿਸਤਾਨ ਨੂੰ ਅਮਰੀਕਾ ਨੇ ਦਿੱਤੇ ਹੋਏ ਸੀ ਪੈਟਰਨ ਟੈਂਕ ਜਿਹੜੇ ਕਿ ਬਹੁਤ ਜ਼ਿਆਦਾ ਐਡਵਾਂਸ ਟੈਂਕ ਸੀਗੇ ਆਪਣੇ ਕੋਲ ਸੀਗੇ ਉਦੋਂ ਵਰਡਵਾਰ ਟਾਈਮ ਦੇ ਪੁਰਾਣੇ ਸੈਂਚੂਰੀਅਨ ਤੇ ਸ਼ਰਮਨ ਟੈਂਕ ਜਹਾਜ਼ ਵੀ ਉਹਨਾਂ ਦੇ ਜ਼ਿਆਦਾ ਫਾਸਟ ਆਪਣੇ ਨਾਲੋਂ ਜ਼ਿਆਦਾ ਐਡਵਾਂਸ ਆਪਣੇ ਵਾਲੇ ਥੋੜੇ ਸਲੋ ਜਹਾਜ਼ ਫੌਜ ਦੀ ਵੀ ਗਿਣਤੀ ਜੇ ਲਾ ਕੇ ਦੇਖੀਏ ਆਪਣੇ ਅੱਡ ਅੱਡ ਬਾਰਡਰਾਂ ਤੇ ਫੌਜ ਡਿਵਾਈਡ ਹੋਈ ਵੀ ਫੌਜ ਵੀ ਉਹਨਾਂ ਕੋਲ ਇਸ ਹਾਵ ਨਾਲ ਜ਼ਿਆਦਾ ਹੱਲਾ ਬੋਲ ਦਿੱਤਾ ਜਾਂਦਾ ਹੈ 6 ਸਤੰਬਰ ਨੂੰ ਲਾਹੌਰ ਤੇ 13 14 ਘੰਟੇ ਲੜਾਈ ਹੁੰਦੀ ਆ 7 ਤਰੀਕ ਨੂੰ ਕੀ ਹੁੰਦਾ ਕਿ 6 ਪਲਟਨਾ ਹੁੰਦੀਆਂ ਇੰਡੀਆ ਦੀਆਂ ਜਿਹੜੀਆਂ ਅਟੈਕ ਕਰਦੀਆਂ ਨੇ ਹੁਣ ਉਹਨਾਂ ਦੇ ਪੈਟਰਨ ਟੈਂਕ ਟੈਂਕ ਇਹੋ ਜਿਹੇ ਹੁੰਦੇ ਸੀ ਕਹਿੰਦੇ ਜਿੱਧਰ ਨੂੰ ਮੂੰਹ ਹੋ ਜਾਂਦਾ ਸੀ ਉਹ ਟੈਂਕਾਂ ਦਾ ਉਧਰੋਂ ਫਿਰ ਮੋੜਿਆ ਨਹੀਂ ਸੀ ਜਾਂਦਾ ਉਥੋਂ ਕੀ ਹੁੰਦਾ ਕਹਿੰਦੇ ਅਗਲੇ ਦਿਨ ਇੰਡੀਆ ਦੀਆਂ 6 ਪਲਟਨਾ ਚੋਂ 2.5 ਪਲਟਨਾ ਫਰਾਰ ਹੋ ਜਾਂਦੀਆਂ ਤੇ ਤਰਬਿੱਤਰ ਹੋ ਜਾਂਦੀਆਂ ਉਹਨਾਂ ਦੇ ਪੈਟਰਨ ਟੈਂਕ ਤੋਂ ਡਰਦੀਆਂ ਉਦੋਂ ਬਚੇ ਹੋਏ ਜਿਹੜੇ ਫੌਜੀ ਜਵਾਨ ਉਹਨਾਂ ਦੇ ਹੌਸਲੇ ਡਾਊਨ ਹੋ ਜਾਂਦੇ ਨੇ ਤਾਂ ਲੈਫਟਨੈਂਟ ਜਰਨਲ ਹਰਬਖਸ਼ ਸਿੰਘ ਫਿਰ ਦੁਆਰਾ ਤੋਂ ਫਾਰਮੇਸ਼ਨ ਖੜੀ ਕਰਦੇ ਆ ਫਿਰ ਦੁਆਰਾ ਤੋਂ ਉਹਨਾਂ ਚ ਜੋਸ਼ ਭਰਦੇ ਨੇ ਉਸ ਦਿਨ ਫਿਰ ਜੰਗ ਹੁੰਦੀ ਆ ਜਿਹੜੇ ਕਿਸਾਨ ਸੀਗੇ ਉਹ ਵੀ ਜੰਗ 'ਚ ਹਿੱਸਾ ਲੈ ਰਹੇ ਸੀ ਕਿਸਾਨ ਜਾਇ ਜਵਾਨ ਜਾਇ ਕਿਸਾਨ ਆਪਾਂ ਕਹਿੰਦੇ ਆ ਨਾ ਉਦੋਂ ਇਕੱਠੇ ਹੋ ਜਾਂਦੇ ਨੇ ਦਰਖਤਾਂ ਦੇ ਉੱਪਰ ਉਹਨਾਂ ਨੇ ਕਿਸਾਨਾਂ ਨੇ ਮਛਾਨਾ ਬਣਾਈਆਂ ਹੁੰਦੀਆਂ ਨੇ ਦੂਰੋਂ ਦੱਸ ਦਿੰਦੇ ਨੇ ਫਿਰ ਫੌਜੀਆਂ ਨੂੰ ਵੀ ਪਾਕਿਸਤਾਨ ਦੇ ਟੈਂਕ ਆ ਰਹੇ ਨੇ ਲੰਗਰ ਲੈ ਕੇ ਆਉਂਦੇ ਨੇ ਫੌਜੀਆਂ ਵਾਸਤੇ ਬਹੁਤ ਟੈਂਕ ਧਾਰਾਸ਼ਾਈ ਕਰਤੇ ਪਾਕਿਸਤਾਨ ਦੇ ਆਪਣੇ ਵਾਲਿਆਂ ਦੇ ਜਿਹੜੇ ਇਹ ਪੈਟਰਨ ਟੈਂਕ ਸੀਗੇ ਇਹਨਾਂ 'ਚ ਇੱਕ ਫੈਸਿਲਿਟੀ ਸੀ ਵੀ ਇਹਨਾਂ 'ਚ ਇਨਫਰਾ ਰੈਡ ਟੈਕਨੋਲੋਜੀ ਸੀਗੀ ਜਿਹੜੀ ਉਦੋਂ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਐਡਵਾਂਸ ਸੀਗੀ ਜਿਹੜੀ ਆਪਣੇ ਵਾਲੇ ਟੈਂਕਾਂ 'ਚ ਨਹੀਂ ਸੀਗੀ ਇਹ ਰਾਤ ਨੂੰ ਹਨੇਰੇ 'ਚ ਕਿੱਧਰ ਨੂੰ ਵੀ ਜਾ ਸਕਦੇ ਸੀਗੇ ਆਪਣੇ ਵਾਲੇ ਨਹੀਂ ਜਾ ਸਕਦੇ ਸੀ ਪਾਕਿਸਤਾਨ ਦੇ ਟੈਂਕ ਅਗਲੇ ਦਿਨ ਆਪਣੇ ਏਰੀਏ 'ਚ ਐਂਟਰ ਕਰ ਜਾਂਦੇ ਨੇ ਖੇਮ ਕਰਨ ਤੱਕ ਪਾਕਿਸਤਾਨ ਦੀ ਫੌਜ ਆ ਜਾਂਦੀ ਆ ਉਹਨਾਂ ਦਾ ਪਲਾਨ ਕੀ ਸੀਗਾ ਉਹਨਾਂ ਦਾ ਪਲਾਨ ਬਹੁਤ ਸੋਲਿਡ ਸੀਗਾ ਪਾਕਿਸਤਾਨ ਕਹਿੰਦੇ ਇਸ ਜੰਗ 'ਚ ਇੰਨਾ ਜ਼ਿਆਦਾ ਕੰਫੀਡੈਂਟ ਹੋ ਗਿਆ ਸੀਗਾ ਉਹਨਾਂ ਦਾ ਰਾਸ਼ਟਰਪਤੀ ਸੀਗਾ ਜਰਨਲ ਆਯੂਬ ਖਾਨ ਉਹ ਕਹਿੰਦਾ ਸੀ ਮੈਂ ਟੈਲ ਦਾ ਹੋਇਆ ਸਵੇਰੇ ਲਾਹੌਰ ਤੋਂ ਨਿਕਲੂਗਾ ਲੰਚ ਕਰੂੰਗਾ ਮੈਂ ਅੰਮ੍ਰਿਤਸਰ ਤੇ ਜਾ ਕੇ ਦਿੱਲੀ ਦੀ ਜਾਮਾ ਮਸਜਿਦ ਤੇ ਸ਼ਾਮ ਨੂੰ ਨਮਾਜ਼ ਪੜ੍ਹਾਂਗਾ ਪਾਕਿਸਤਾਨ ਦਾ ਇਹ ਪਲਾਨ ਸੀਗਾ ਕਿ ਅੰਮ੍ਰਿਤਸਰ ਨੂੰ ਕਬਜ਼ੇ 'ਚ ਕਰਨ ਤੋਂ ਬਾਅਦ ਅੰਬਾਲਾ ਹੁੰਦੇ ਹੋਏ ਅਸੀਂਿੱਦਾਂ ਦਿੱਲੀ ਤੇ ਹਮਲਾ ਬੋਲਾਂਗੇ ਆ ਲਾਲਬਹਾਦਰ ਸ਼ਾਸਤਰੀ ਦਾ ਮੁੰਡਾ ਇੱਕ ਇੰਟਰਵਿਊ 'ਚ ਦੱਸਦਾ ਹੈ ਕਿ ਕਿਵੇਂ ਅਸੀਂ ਜਾ ਕੇ ਰਾਤਾਂ ਰਾਸ਼ਟਰਪਤੀ ਭਵਨ 'ਚ কাটਦੇ ਹੁੰਦੇ ਸੀ ਇਹ ਪਲੈਨਿੰਗ ਦੀ ਖਬਰ ਜਦੋਂ ਦਿੱਲੀ ਪਹੁੰਚੀ 9 ਤਰੀਕ ਨੂੰ ਆਰਮੀ ਦੇ ਸਭ ਤੋਂ ਵੱਡੇ ਅਫਸਰ ਆਰਮੀ ਚੀਫ ਜਰਨਲ ਚੌਧਰੀ ਦਾ ਫੋਨ ਆਉਂਦਾ ਹੈ ਲੈਫਟਨੈਂਟ ਜਰਨਲ ਹਰਬਖਸ਼ ਸਿੰਘ ਨੂੰ ਆਪਣੀਆਂ ਫੌਜਾਂ ਨੂੰ ਪਿੱਛੇ ਲਿਆਓ ਬਿਆਸਤੇ ਲਿਆਓ ਸੈਕਿੰਡ ਡਿਫੈਂਸ ਲਾਈਨ ਬਣਾਓ ਅਮਰਸਰ ਤਾਂ ਆਪਣੇ ਹੱਥੋਂ ਗਿਆ ਹੁਣ ਦਿੱਲੀ ਬਚਾ ਲਓ ਜਰਨਲ ਹਰਬਖਸ਼ ਸਿੰਘ ਕਹਿੰਦੇ ਆਪਦੀ ਕਿਤਾਬ ਚੋਂ ਲਿਖਦੇ ਨੇ ਵੀ ਮੈਂ ਹੱਕਾ ਬੱਕਾ ਰਹਿ ਗਿਆ ਉਹਨਾਂ ਦੀ ਇਹ ਗੱਲ ਸੁਣ ਕੇ ਉਹ ਕਹਿੰਦੇ ਨੇ ਕਿ ਮੈਂ ਇਹ ਆਰਡਰ ਤੁਹਾਡਾ ਨਹੀਂ ਮੰਨ ਸਕਦਾ ਮੈਨੂੰ ਲਿਖਤੀ ਰੂਪ ਚ ਦੇ ਦਿਓ ਫੋਨ ਤੇ ਉਹਨਾਂ ਦੀ ਬਹਿਸਵਾਜੀ ਵੀ ਹੁੰਦੀ ਹੈ ਉਸੇ ਰਾਤ ਫਿਰ ਜਰਨਲ ਚੌਧਰੀ ਅੰਬਾਲਾ ਆਉਂਦੇ ਨੇ ਤਾਂ ਅੰਬਾਲਾ ਕਹਿੰਦੇ ਇਹਨਾਂ ਦੀ ਬਹੁਤ ਜ਼ਿਆਦਾ ਬੈਸਤ ਬਾਜ਼ੀ ਹੁੰਦੀ ਆ ਉੱਥੇ ਉਹਨਾਂ ਨੇ ਫੈਸਲਾ ਮੰਨਣ ਤੋਂ ਮਨਾ ਕਰਤਾ ਕਹਿੰਦੇ ਮੈਂ ਨਹੀਂ ਆਉਂਦੀਆਂ ਫੌਜਾਂ ਪਿੱਛੇ ਲਿਆਉਂਦਾ ਇੰਨਾ ਵੱਡਾ ਰਿਸਕ ਦੇਖੋ ਇੱਕ ਆਰਮੀ ਦਾ ਚੀਫ ਆਰਮੀ ਦਾ ਸਭ ਤੋਂ ਵੱਡਾ ਅਫਸਰ ਕਹਿ ਰਿਹਾ ਕਿ ਫੌਜਾਂ ਪਿੱਛੇ ਲਿਆਓ ਤੇ ਇਹ ਕਹਿੰਦੇ ਮੈਂ ਨਹੀਂ ਲੈ ਕੇ ਆਉਣੀ ਆ ਉਹਨਾਂ ਨੇ ਜਿਹੜੀ ਉੱਥੇ ਗੱਲ ਕਹੀ ਨਾ ਉਥੋਂ ਆਪਾਂ ਉਹਨਾਂ ਦੀ ਭਾਵਨਾ ਸਮਝ ਸਕਦੇ ਆ ਉਹ ਕਹਿੰਦੇ 17 ਸਾਲ ਪਹਿਲਾਂ ਅਸੀਂ ਪੰਜਾ ਸਾਹਿਬ ਅਸੀਂ ਨਨਕਾਣਾ ਸਾਹਿਬ ਗਵਾਲਿਆ ਹੁਣ ਮੈਂ ਸਿੱਖਾਂ ਦੇ ਹੱਥੋਂ ਦਰਬਾਰ ਸਾਹਿਬ ਨਹੀਂ ਜਾਣ ਦਿੰਦਾ ਆਰਮੀ ਚੀਫ ਨੂੰ ਸਿੱਧਾ ਮੂੰਹ ਤੇ ਜਵਾਬ ਦਿੱਤਾ ਜੰਗ ਦੇ ਮੈਦਾਨ 'ਚ ਮੈਂ ਆਪ ਜਾਊਂਗਾ ਮੈਂ ਦੇਖੂਗਾ ਸਥਿਤੀ ਫਿਰ ਮੈਂ ਫੈਸਲਾ ਲਵਾਂਗਾ ਉਹਨਾਂ ਦੇ ਨਾਲ ਕੋਣ ਸੀ ਉਹਨਾਂ ਦੇ ਏਡੀਸੀ ਸੀਗੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਮੁੱਖ ਮੰਤਰੀ ਵੀ ਰਹੇ ਨੇ ਤੇ ਉੱਥੇ ਉਹ ਐਸਾ ਜੋਸ਼ ਭਰਦੇ ਨੇ ਆਪਣੀ ਫੌਜ 'ਕਿ ਪਾਕਿਸਤਾਨ ਨੂੰ ਮੂੰਹ ਦੀ ਖਾਣੀ ਪੈਂਦੀ ਆ ਪਾਕਿਸਤਾਨ ਦੇ ਇੰਨੇ ਟੈਂਕ ਇਹਨਾਂ ਨੇ ਤਬਾਹ ਕੀਤੇ ਐਨੇ ਟੈਂਕ ਫੜੇ ਇਹ ਥੱਕ ਕੇ ਪਾਕਿਸਤਾਨ ਨੂੰ ਸੀਜ਼ਫਾਇਰ ਦਾ ਐਲਾਨ ਕਰਨਾ ਪਿਆ ਸੀਜ਼ਫਾਇਰ ਮਤਲਬ ਯੁੱਧਬੰਦੀ ਵੀ ਅਸੀਂ ਅਸੀਂ ਯੁੱਧ ਖਤਮ ਕਰਨਾ ਚਾਹੁੰਦੇ ਹਾਂ 65 ਦੀ جنگ ਹਾਰਨ ਤੋਂ ਬਾਅਦ ਪਾਕਿਸਤਾਨ ਦੇ ਰਾਸ਼ਟਰਪਤੀ ਜਰਨਲ ਆਯੂਬ ਖਾਨ ਦਾ ਬਿਆਨ ਆਉਂਦਾ ਹੈ ਕਹਿੰਦੇ ਜੇ ਲੈਫਟੀਨੈਂਟ ਜਰਨਲ ਹਰਬਖਸ ਸਿੰਘ ਚਟਾਨ ਬਣ ਕੇ ਸਾਡੀਆਂ ਫੌਜਾਂ ਸਾਹਮਣੇ ਨਾ ਖੜਦੇ ਤਾਂ ਅਸੀਂ ਇਹ جنگ ਨਾ ਹਾਰਦੇ ਸੋਚੋ ਜਿਹੜਾ ਵੈਰੀ ਆ ਉਹ ਵੀ ਕ੍ਰੈਡਿਟ ਦਿੰਦਾ ਹੈ ਤੇ ਅਸੀਂ ਭੁੱਲੇ ਬੈਠੇ ਹਾਂ ਹਿੰਦੁਸਤਾਨ ਵੀ ਭੁੱਲ ਗਿਆ ਉਹਨਾਂ ਨੂੰ ਇੱਕ ਤਰੀਕੇ ਨਾਲ ਪੰਜਾਬੀ ਵੀ ਭੁੱਲ ਗਏ ਸਭ ਤੋਂ ਵੱਡੀ ਗੱਲ ਆ ਸਿੱਖ ਵੀ ਭੁੱਲ ਗਏ ਪਤਾ ਹੀ ਨਹੀਂ ਹੋਣਾ ਇਹੇ ਚੀਜ਼ ਸਾਨੂੰ ਪਤਾ ਹੋਣਾ ਚਾਹੀਦਾ ਜਿਨ੍ਹਾਂ ਨੇ ਆਪਣੀ ਜਾਨ ਤੇ ਖੇਡ ਕੇ ਐਡੇ ਵੱਡੇ ਵੱਡੇ ਫੈਸਲੇ ਲੈ ਕੇ ਸਾਡੀ ਕੌਮ ਨੂੰ ਇੱਕ ਰਾਹ ਦਿਖਾਇਆ ਹਾਲਾਂਕਿ ਪਾਕਿਸਤਾਨ ਇਹ ਕਹਿੰਦਾ ਹੈ ਕਿ ਅਸੀਂ ਇਹ ਜੰਗ ਜਿੱਤੇ ਇੰਡੀਆ ਇਹ ਕਹਿੰਦਾ ਹੈ ਕਿ ਅਸੀਂ ਇਹ ਜੰਗ ਜਿੱਤੇ ਜਦੋਂ ਜੰਗ ਖਤਮ ਹੋਈ ਆ ਜੇ ਉਦੋਂ ਦੇ ਹਾਲਾਤ ਦੇਖੀ ਆਪਾਂ ਤਾਂ ਇੰਡੀਆ ਬੈਟਰ ਸਿਚੁਏਸ਼ਨ ਚ ਸੀਗਾ ਇੰਡੀਆ ਜ਼ਿਆਦਾ ਵਧੀਆ ਹਾਲਾਤਾਂ ਚ ਸੀਗਾ ਪਾਕਿਸਤਾਨ ਨਾਲੋਂ ਭਾਰਤ ਦੇ 3000 ਜਵਾਨ ਸ਼ਹੀਦ ਹੁੰਦੇ ਆ ਪਾਕਿਸਤਾਨ ਦੇ 3800 ਜਵਾਨ ਸ਼ਹੀਦ ਹੁੰਦੇ ਆ 540 ਵਰਗ ਕਿਲੋਮੀਟਰ ਤੇ ਪਾਕਿਸਤਾਨ ਕਬਜ਼ਾ ਕਰਦਾ ਹੈ ਇੰਡੀਆ ਦੇ ਔਰ ਇੰਡੀਆ ਪਾਕਿਸਤਾਨ ਦੇ 1920 ਵਰਗ ਕਿਲੋਮੀਟਰ ਤੇ ਕਬਜ਼ਾ ਕਰਦਾ ਹੈ ਟੈਂਕ ਉਹਨਾਂ ਦੇ ਜ਼ਿਆਦਾ ਬਰਬਾਦ ਕਰਦੇ ਆ ਇੰਡੀਆ ਵਾਲੇ ਜੇ ਅੰਮ੍ਰਿਤਸਰ ਹੱਥ ਚੋਂ ਨਿਕਲ ਜਾਂਦਾ ਤਾਂ ਸਿਰਫ ਦਰਬਾਰ ਸਾਹਿਬ ਨਹੀਂ ਖੇਮ ਕਰਨ ਗੋਇੰਦਵਾਲ ਤਰਨਤਾਰਨ ਖਡੂਰ ਸਾਹਿਬ ਪਤਾ ਹੀ ਨਹੀਂ ਕਿੰਨੇ ਗੁਰੂ ਘਰ ਆਪਣੇ ਹੱਥੋਂ ਜਾਣੇ ਸੀਗੇ ਤਾਂ ਸੋਚੋ ਕਿੰਨੀ ਵੱਡੀ ਦੇਣ ਆ ਸਿੱਖ ਪੰਥ ਨੂੰ ਇਸ ਬੰਦੇ ਦੀ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹਨਾਂ ਨੂੰ ਤਾਂ ਬਹੁਤ ਮੈਡਲ ਦਿੱਤੇ ਹੋਣਗੇ ਬਹੁਤ ਸ਼ਾਵਾਸ਼ੀਆਂ ਮਿਲੀ ਹੋਗੀ ਪਰ ਹੋਇਆ ਥੋੜਾ ਉਲਟ ਸੀ ਇਹਨਾਂ ਨੂੰ ਬਾਅਦ ਵਿੱਚ ਇਹ ਕਿਹਾ ਗਿਆ ਕਿ ਤੁਸੀਂ ਆਰਡਰ ਕਿਉਂ ਨਹੀਂ ਮੰਨੇ ਤਾਂ ਲਾਲ ਬਹਾਦਰ ਸ਼ਾਸਤਰੀ ਉਹਦੋਂ ਦੇ ਪ੍ਰਧਾਨ ਮੰਤਰੀ ਇਹਨਾਂ ਦੇ ਹੱਕ ਚ ਆਏ ਸੀਗੇ ਤਾਂ ਫਿਰ 1 ਸਾਲ ਬਾਅਦ ਇਹਨਾਂ ਨੂੰ ਪਦਮ ਪੂਸ਼ਣ ਦਿੱਤਾ ਗਿਆ ਪਰ ਇੱਕ ਗਿਲਾਹੇ ਕਰਦੇ ਨੇ ਤਾਂ ਸੋਚੋ ਫੌਜ ਦਾ ਇੰਨਾ ਵੱਡਾ ਹੀਰੋ ਇਹ ਕਹਿੰਦੇ ਜਦੋਂ 84 ਦਰਬਾਰ ਸਾਹਿਬ ਤੇ ਅਟੈਕ ਹੋਇਆ ਸੀ ਤਾਂ ਉਦੋਂ ਮੇਰੇ ਘਰ ਦੇ ਬਾਹਰ ਸੀਆਈਡੀ ਲਾ ਦਿੱਤੀ ਗਈ ਸੀ ਜਦੋਂ ਦਿੱਲੀ 84 'ਚ ਸਿੱਖਾਂ ਦੀ ਨਸਲਕੁਸ਼ੀ ਹੋਈ ਆ ਇਹ ਦਿੱਲੀ ਰਹਿੰਦੇ ਸੀਗੇ ਉਦੋਂ ਇਹਨਾਂ ਦੇ ਘਰ ਤੇ ਵੀ ਦੰਗਾ ਕਰਨ ਵਾਲਿਆਂ ਨੇ ਅਟੈਕ ਕੀਤਾ ਸੋਚੋ ਇਹਨਾਂ ਨੇ ਇੱਕ ਬੰਦੂਕ ਆਪ ਦੇ ਹੱਥ 'ਚ ਲਈ ਇੱਕ ਆਪਣੀ ਬੇਟੀ ਦੇ ਹੱਥ 'ਚ ਦਿੱਤੀ ਫਿਰ ਇਹਨਾਂ ਦੇ ਘਰ ਦੇ ਵੱਲ ਕਿਸੇ ਨੇ ਦੇਖਿਆ ਨਹੀਂ ਇੱਕ ਹੋਰ ਇਹਨਾਂ ਦਾ ਯੋਗਦਾਨ ਸੀਗਾ ਜਦੋਂ 84 'ਚ ਦਰਬਾਰ ਸਾਹਿਬ ਤੇ ਅਟੈਕ ਹੋਇਆ ਸੀਗਾ ਜਿਹੜੇ ਫੌਜੀ ਜਿਨ੍ਹਾਂ ਨੂੰ ਆਪਾਂ ਧਰਮੀ ਫੌਜੀ ਕਹਿੰਦੇ ਆ ਜਿਹੜੇ ਫੌਜ ਛੱਡ ਕੇ ਆਗੇ ਸੀਗੇ ਫੌਜ ਨੇ ਉਹਨਾਂ ਦੇ ਕੋਰਟ ਮਾਰਸ਼ਲ ਕੀਤੇ ਉਹਨਾਂ ਨੂੰ ਸਜ਼ਾਵਾ ਦੇਣੀਆਂ ਚਾਹੀਆਂ ਤਾਂ ਇਹ ਉਹਨਾਂ ਦਾ ਪੱਖ ਰੱਖਣ ਗਏ ਸੀਗੇ ਇਹ ਕਹਿੰਦੇ ਸੀ ਕਿ ਮੈਂ ਉਹਨਾਂ ਦੇ ਕੇਸ 'ਚ ਮੈਂ ਉਹਨਾਂ ਦੀ ਆਵਾਜ਼ ਬਣੂੰਗਾ ਇੱਕ ਬਹਾਦਰੀ ਦਾ ਤੁਹਾਨੂੰ ਇਹਨਾਂ ਦਾ ਕਿੱਸਾ ਹੋਰ ਦੱਸਦਾ ਮੈਂ ਇਹ ਜੰਗ ਤੋਂ ਕਾਫੀ ਟਾਈਮ ਪਹਿਲਾਂ ਜਦੋਂ ਵਿਸ਼ਵ ਯੁੱਧ ਹੋਇਆ ਤਾਂ ਇਹ ਉਹ ਵਿਸ਼ਵ ਯੁੱਧ ਵਿੱਚ ਹਿੱਸਾ ਲੈ ਰਹੇ ਸੀ ਇਹ ਸੀਗੇ ਮਲੇਸ਼ੀਆ ਤੇ ਜਾਪਾਨ ਨੇ ਇਹਨਾਂ ਨੂੰ ਬੰਦੀ ਬਣਾ ਲਿਆ ਸੀਗਾ ਤੇ 2.5 ਸਾਲ ਤਸ਼ੱਦਦ ਕਰੀ ਗਏ ਇਹਨਾਂ ਤੇ ਇਨਾਂ ਦੇ ਸਿਰ 'ਚ ਜਿਹੜੇ ਕਹਿੰਦੇ ਇੱਕ ਸਟੀਲ ਦਾ ਟੁਕੜਾ ਮਰਦੇ ਦਮ ਤੱਕ ਰਿਹਾ ਡਾਕਟਰ ਕੱਢ ਨਹੀਂ ਪਾਏ। ਇੱਕ ਬਿਮਾਰੀ ਹੋ ਗਈ ਸੀ ਇਹਨਾਂ ਨੂੰ 베ਰੀ 베ਰੀ ਦਿਲ ਦਾ ਰੋਗ ਜਦੋਂ 1965 ਦੀ ਜੰਗ ਲੜ ਰਹੇ ਸੀ ਉਦੋਂ ਵੀ ਇਹ ਇਹਨਾਂ ਨੂੰ ਦਿਲ ਦਾ ਰੋਗ ਸੀਗਾ। ਪ੍ਰਵਾਹ ਹੀ ਨਹੀਂ ਕੀਤੀ ਇਹਨਾਂ ਨੇ ਕਦੇ। ਤਾਂ ਇਹਨਾਂ ਦੀ ਜਿਹੜੀ ਬਹਾਦਰੀ ਆ ਉਹਨੂੰ ਸਲੂਟ ਕਰਨਾ ਚਾਹੀਦਾ ਆ ਆਪਾਂ ਨੂੰ। ਜਦੋਂ ਵੀ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਆ ਤਾਂ ਆਪਾਂ ਇਸ ਸਿੱਖ ਯੋਧੇ ਨੂੰ ਜ਼ਰੂਰ ਯਾਦ ਕਰਿਆ।